अपना पंजाब दे सोहने शहर पंजाब विच मुख्तलिफ थावां ते अपनी आबोताब नाल वस रहे ने। इन्हां सोहने शहरां विचों रंग बिरंगे रंगा नाल रंगिया होया एक सोहना शहर फारूकाबाद है। फारूकाबाद लाहौर सरगोदा रोड ते वस्ती पंजाब दे एक अजीम ते कदीमी शहर शिवपुरा तो तकरीबन 15 किलोमीटर दूर है। इस शहर का पहला ते असल नाम चूड़काना सी जिहड़ा बदल दिता गया। हुण असी यह जाणांगे कि चूड़ तो चूड़काना किवें बनिया। तारीख विच मिलता है कि इस शहर की नींह एक चूड़ नामी सिख ने रखी सी जिहदा पूरा नाम चूड़ सिंह सी। ये चूड़ सिंह बड़ा पुरखलूस ते इंतहाई रहम दिल इंसान सी जिहड़ा इत्थों गुजरन वाले राहियां नूं पानी पियांदा सी। पानी पियाण दी वजह तों यह चूड़ सिंह इलाके विच काफ़ी जाणिया पहचाणिया जांदा सी। यह चूड़ सिंह एक अख तों काणा सी। लोकां इहदी पहचान लई इहनूं चूड़ सिंह काणा आखणा शुरू कर दिता जिहड़ा आहिस्ता आहिस्ता चूड़काणा दे नां नाल मशहूर हो गया। चूड़काणा जदों छोटे जिहे कस्बे दी शक्ल विच आबाद होया ते इत्थे कपाह दी मंडी लगना शुरू हो गई। इस मंडी विच इस इलाके दे आले दुआले वाले काश्तकार कपाह ते दूजियां फसलां वेचण लई लै के आउंदे सन। इस मंडी दी वजह तों इस इलाके दे वसनीक इस कस्बे नूं चूड़काणा या मंडी चूड़काणा आखण लग पए ते इह शहर मंडी चूड़काणा दे नां नाल मशहूर हो गया। चूड़काणा दा पुराना नां 1983 विच तब्दील करके हज़रत फरूके आज़म रज़ी अल्लाह ताला अनहो दे नां नाल रख्या गया जिन्हों अजकल फारूकाबाद आख्या जांदा है। बिस्मिल्लाहिर्रहमानिर्रहीम। मेरा नाम सैयद सजाद हुसैन शाह, मैं चेयरमैन हाँ मार्केट कमेटी फारूकाबाद का। असल दे विच चूड़काणा मंडी जिहड़ी सी ए सच्चा सौदा गाँव की गला मंडी सी और इत्थे एक चूड़ सिंह सी जिहड़ा एक अख तों उहदी इक अख खराब सी जिहदी वजह नाल इस मंडी का नाँ इस गला मंडी का नाँ चूड़काणा चूड़काणा रख दिता गया और मशहूर हो गया आसा चूड़काणा। जबकि इहदा कोई ਇਹ ਕੋਈ ਨੋਮੀਨੇਟਡ ਨਾਂ ਨਹੀਂ ਸੀ ਹੈਗਾ ਕਿ ਚੂੜਕਾਣਾ ਸ਼ਹਿਰ ਹੈ ਜਾਂ ਚੂੜਕਾਣਾ ਪਿੰਡ ਹੈ। ਇਹ ਸਿਰਫ ਇੱਕ ਗੱਲਾਂ ਮੰਡੀ ਸੀ। ਗੱਲਾਂ ਮੰਡੀ ਹੋਣ ਦੇ ਨਾਤੇ ਨਾਲ ਕਿਉਂਕਿ ਲੋਕ ਇੱਥੇ ਆਪਣੀਆਂ ਜਨਾਬ ਲੈ ਕੇ ਆਉਂਦੇ ਸਨ, ਇੱਥੇ ਮਾਰਕੀਟਾਂ ਬਣ ਗਈਆਂ, ਆਸਤਾ ਆਸਤਾ ਆਬਾਦੀ ਬਣਨਾ ਸ਼ੁਰੂ ਹੋ ਗਈ। ਆਬਾਦੀ ਬਣਨ ਦੇ ਨਾਲ ਨਾਲ ਇਹ ਸ਼ਹਿਰ ਤਰੱਕੀ ਕਰਦਾ ਕਰਦਾ ਬਹੁਤ ਬੜਾ ਸ਼ਹਿਰ ਤਕਰੀਬਨ 1.5-2 ਲੱਖ ਨਫੂਸ 'ਤੇ ਚਲਾ ਗਿਆ। ਚੂੜਕਾਣੇ ਤੋਂ ਮੰਡੀ ਫਾਰੂਕਾਬਾਦ ਦਾ ਨਾਂ ਹਜ਼ਰਤ ਉਮਰੇ ਫਾਰੂਕ ਰਜ਼ੀ ਅੱਲਾਹ ਤਾਲਾ ਅਨਹੁ ਦੇ ਨਾਂ ਤੋਂ ਰੱਖਿਆ ਗਿਆ ਔਰ ਇਹ 1986 ਵਿੱਚ ਨਾਂ ਰੱਖਿਆ ਗਿਆ ਔਰ ਅਲਹਮਦੁਲਿਲਾ ਇਹ ਨਾਂ ਇੰਤਹਾਈ ਪਾਪੂਲਰ ਔਰ ਮੁਤਬਰ ਨਾਂ ਦੇ ਤੌਰ 'ਤੇ ਉਭਰਿਆ। ਫਾਰੂਕਾਬਾਦ ਪੰਜਾਬ ਦਾ ਇੱਕ ਛੋਟਾ ਜਿਹਾ ਕਸਬਾ ਹੈ ਲੇਕਿਨ ਇਹ ਬਹੁਤ ਅਹਿਮੀਅਤ ਦਾ ਹਮਲ ਹੈ ਕਿਉਂਕਿ ਬਾਬਾ ਗੁਰੂ ਨਾਨਕ ਨੇ ਇੱਥੇ ਇੱਕ ਸੁੱਚਾ ਸੌਦਾ ਕੀਤਾ ਔਰ ਸੁੱਚਾ ਸੌਦਾ ਪਿੰਡ ਸੁੱਚੇ ਸੌਦੇ ਦੇ ਨਾਂ ਤੋਂ ਮਸ਼ਹੂਰ ਹੋਇਆ ਔਰ ਪੂਰੀ ਦੁਨੀਆ 'ਚ ਜਾਣਿਆ ਜਾਂਦਾ ਔਰ ਇੱਥੇ ਕਾਬਲੇ ਜ਼ਿਕਰ ਚੀਜ਼ਾਂ ਇੱਕ ਫਾਊਂਟੇਨ ਹਾਊਸ ਹੈ ਜੋ ਬਹੁਤ ਬੜਾ ਅਦਾਰਾ ਹੈ ਇੱਥੇ, ਇੱਕ ਗ੍ਰਿਡ ਸਟੇਸ਼ਨ ਹੈ ਇੱਕ ਬਹੁਤ ਬੜਾ। ਉਸ ਤੋਂ ਬਾਅਦ ਜਿਹੜਾ ਸਭ ਤੋਂ ਇੱਕ ਨਾਯਾਬ ਚੀਜ਼ ਇਸ ਸ਼ਹਿਰ ਦੇ ਵਿੱਚ ਪਾਈ ਜਾਂਦੀ ਹੈ ਉਹ ਹੈ ਪੰਜਾਬ ਕਾਂਸਟੇਬਲਰੀ। ਬਾਕੀ ਜ਼ਿਲ੍ਹਿਆਂ ਦੇ ਵਿੱਚ ਇੱਕ SP ਬੈਠਦਾ ਹੈ। ਫਾਰੂਕਾਬਾਦ ਇੱਕ ਐਸਾ ਸ਼ਹਿਰ ਹੈ ਜਿਹਦੇ ਵਿੱਚ 5 SP ਐਟ ਏ ਟਾਈਮ ਬੈਠਦੇ ਨੇ। ਫਾਰੂਕਾਬਾਦ ਸ਼ਹਿਰ ਦੀ ਅਸਲ ਖੂਬਸੂਰਤੀ ਸ਼ਹਿਰ ਦੇ ਨਾਲ ਵਗਣ ਵਾਲੀਆਂ 2 ਨਹਿਰਾਂ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਇਹ ਸ਼ਹਿਰ ਹੋਰ ਵੀ ਖੂਬਸੂਰਤ ਨਜ਼ਰ ਆਉਂਦਾ ਹੈ। ਇਹਨਾਂ ਨਹਿਰਾਂ ਦੀ ਵਜ੍ਹਾ ਤੋਂ ਇਸ ਸ਼ਹਿਰ ਦਾ ਪੀਣ ਵਾਲਾ ਪਾਣੀ ਬੜਾ ਹੀ ਮਜ਼ੇਦਾਰ ਅਤੇ ਇੱਥੇ ਦਾ ਮਾਹੌਲ ਬੜਾ ਹੀ ਖੁਸ਼ਗਵਾਰ ਹੁੰਦਾ ਹੈ।
ਨਹਿਰ ਦੇ ਕਰੀਬ ਲੱਗੇ ਹੋਏ ਨਲਕਿਆਂ 'ਤੇ ਹਰ ਟਾਈਮ ਰਸ਼ ਰਹਿੰਦਾ ਹੈ ਅਤੇ ਇਹਨਾਂ ਨਲਕਿਆਂ ਤੋਂ ਲੋਕ ਘਰ ਅਤੇ ਦੁਕਾਨਾਂ ਲਈ ਪਾਣੀ ਭਰ ਕੇ ਲੈ ਜਾਂਦੇ ਨੇ। ਨਹਿਰ ਦੇ ਪੁਲ ਦੇ ਦੋਵਾਂ ਪਾਸੇ ਖਾਣ ਪੀਣ ਵਾਲੇ ਛੋਟੇ ਛੋਟੇ ਪੁਆਇੰਟ ਬਣਾਏ ਗਏ ਨੇ। ਕਿਧਰੇ ਪਲੂਦੇ ਦੀਆਂ ਰੇੜੀਆਂ ਨਜ਼ਰ ਆਉਂਦੀਆਂ ਨੇ ਅਤੇ ਕਿਤੇ ਮੱਛੀ ਫਰਾਈ ਕੀਤੀ ਜਾ ਰਹੀ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਆ ਫਾਰੂਕਾਬਾਦ ਦੇ ਰਹਿਸ਼ੀ ਹਾਂ ਅਸੀਂ। ਸਾਡਾ ਸ਼ਹਿਰ ਮਾਸ਼ਾਅੱਲਾ ਬਹੁਤ ਪਿਆਰਾ ਸ਼ਹਿਰ ਹੈ ਕਿ ਸਾਡੇ ਸ਼ਹਿਰ ਦੀਆਂ ਸੜਕਾਂ ਮਾਸ਼ਾਅੱਲਾ ਕੁਸ਼ਾਦਾ ਨੇ। ਰੋਡ ਤਕਰੀਬਨ ਐਵੀ ਅਪਰੋਚ ਰੋਡ ਵੀ ਬਣਿਆ ਹੋਇਆ ਵੇ। ਸਾਡੇ ਸ਼ਹਿਰ ਦੀ ਖੂਬਸੂਰਤ ਸਾਡੇ ਸ਼ਹਿਰ 'ਚ ਦੋ ਨਹਿਰਾਂ ਨੇ। ਇੱਕ ਸਾਡੇ ਸ਼ਹਿਰ 'ਚ ਬੜੀ ਨੁਮਾਇਆ ਚੀਜ਼ ਹੈ ਜਿਹੜੀ ਕਿ ਪੰਜਾਬ ਪੁਲਿਸ ਦਾ ਹੈੱਡਕੁਆਰਟਰ ਹੈ। ਪੂਰੇ ਪੰਜਾਬ ਦੀ ਜਿਹੜੀ ਪੁਲਿਸ ਹੈ, ਕਾਂਸਟੇਬਲ ਹੈ, ਉਹਦਾ ਹੈੱਡਕੁਆਰਟਰ ਫਾਰੂਕਾਬਾਦ ਹੈ, ਜਿਹਦੇ ਵਿੱਚ DIG ਸਾਹਿਬਾਨ, SSP ਸਾਹਿਬਾਨ ਔਰ ਕਾਫੀ ਦੂਸਰੇ ਅਫੀਸਰਸ ਬੈਠਦੇ ਨੇ। ਹੋਰ ਸਾਡੇ ਸ਼ਹਿਰ ਦੇ ਨੁਮਾਇਆ ਹੈ ਕਿ ਸਾਡੇ ਸ਼ਹਿਰ 'ਚ ਮਾਸ਼ਾਅੱਲਾ ਬਹੁਤ ਅੱਛੇ ਸੁਪਰ ਸਟੋਰ ਨੇ, ਜਿਹਦੇ ਵਿੱਚ ਰਿਆਜ਼ ਮੈਡੀਕਲ ਸੁਪਰ ਸਟੋਰ, ਆਵਾਨ ਸੁਪਰ ਸਟੋਰ, ਮੁਸਲਿਮ ਸੁਪਰ ਸਟੋਰ। ਇਹ ਤੋਂ ਇਲਾਵਾ ਸਾਡੇ ਕੋਲ ਉਹ ਬੈਕਰੀਆਂ ਨੇ ਕਿ ਜਿਹੜੀਆਂ ਚੀਜ਼ਾਂ ਸਾਡੇ ਡਿਸਟ੍ਰਿਕਟ ਸ਼ੇਖ੪ਪੁਰਾ 'ਚ ਮਿਲਦੀਆਂ ਨੇ ਉਹ ਸਾਡੇ ਫਾਰੂਕਾਬਾਦ ਸ਼ਹਿਰ 'ਚ ਵੀ ਮਿਲ ਜਾਂਦੀਆਂ ਨੇ। ਇਹ ਫਾਰੂਕਾਬਾਦ ਵਿੱਚ ਬਣਾਇਆ ਗਿਆ ਇਮਾਮ ਬਾਰਗਾਹ ਹੈਦਰੀਆ ਹੈ। ਇਸ ਇਮਾਮ ਬਾਰਗਾਹ ਦੀ ਤਮੀਰ 1980 ਵਿੱਚ ਹੋਈ। ਇਹਦੀ ਨੀਂਹ ਜ਼ਵਾਰ ਹਾਜੀ ਹਦਾਇਤ ਅਲੀ ਨੇ ਰੱਖੀ ਸੀ। ਇਮਾਮ ਬਾਰਗਾਹ ਬਹੁਤ ਹੀ ਸੋਹਣਾ ਹੈ, ਜਿਹਦੇ ਵਿੱਚ ਅਸ਼ਰਾ ਮੁਹਰਮ ਉਲ ਹਰਾਮ ਇੰਤਹਾਈ ਅਕੀਦਤ ਤੋਂ ਇਤਰਾਮ ਨਾਲ ਮਨਾਇਆ ਜਾਂਦਾ ਹੈ। ਇਮਾਮ ਬਾਰਗਾਹ ਦੇ ਸਾਹਮਣੇ ਵਾਲੀ ਕੰਧ 'ਤੇ ਕਾਸ਼ੀਕਾਰੀ ਕੀਤੀ ਗਈ ਹੈ, ਜਿਹਦੇ ਨਾਲ ਜੁਲਜਨਾਹ ਦੀ ਖੂਬਸੂਰਤ ਅਤੇ ਲਾਜਵਾਬ ਤਸਵੀਰ ਬਣਾਈ ਗਈ ਹੈ। ਇੱਕ ਨਿੱਕੇ ਜਿਹੇ ਕਮਰੇ ਵਿੱਚ ਜ਼ਿਆਰਾਤ ਰੱਖੀਆਂ ਗਈਆਂ ਨੇ। ਸਰਗੋਦਾ ਰੋਡ 'ਤੇ ਇਹ ਫਾਰੂਕਾਬਾਦ ਦਾ ਫਾਰੈਸਟ ਪਾਰਕ ਹੈ। ਇਹਦਾ ਕੁੱਲ ਰਕਬਾ 4 ਏਕੜ ਹੈ। ਫਾਰੈਸਟ ਪਾਰਕ ਨਵਾਂ ਬਣਾਇਆ ਗਿਆ ਹੈ। ਫਾਰੂਕਾਬਾਦ ਦਾ ਇਹ ਇੱਕੋ ਹੀ ਪਾਰਕ 2012 ਵਿੱਚ ਮੁਕੰਮਲ ਹੋਇਆ, ਜਿਹੜਾ ਫਾਰੂਕਾਬਾਦ ਦੇ ਵਸਨੀਕਾਂ ਨੂੰ ਮੁਕੰਮਲ ਤਫਰੀਹ ਫਰਾਹਮ ਕਰਦਾ ਹੈ। ਇਹ ਗੌਰਮੈਂਟ ਹਾਇਰ ਸੈਕੰਡਰੀ ਸਕੂਲ ਫਾਰੂਕਾਬਾਦ ਹੈ। ਇਹ ਹਾਇਰ ਸੈਕੰਡਰੀ ਸਕੂਲ ਫਾਰੂਕਾਬਾਦ ਵਿੱਚ ਮੌਜੂਦ ਸਾਰੇ ਤਾਲੀਮੀ ਅਦਾਰਿਆਂ ਵਿੱਚੋਂ ਸਭ ਤੋਂ ਪੁਰਾਣਾ ਅਤੇ ਸਭ ਤੋਂ ਖੂਬਸੂਰਤ ਹੈ। ਹਾਇਰ ਸੈਕੰਡਰੀ ਸਕੂਲ ਦਾ ਸੇਨ ਦਰੱਖਤਾਂ ਅਤੇ ਪੌਦਿਆਂ ਨਾਲ ਭਰਿਆ ਹੋਇਆ ਹੈ। ਸਾਹਮਣੇ ਨਜ਼ਰ ਆਉਣ ਵਾਲੀ ਇਮਾਰਤ ਡਾਢੀ ਸੋਹਣੀ ਹੈ। ਗੌਰਮੈਂਟ ਹਾਇਰ ਸੈਕੰਡਰੀ ਸਕੂਲ ਸਭ ਤੋਂ ਪਹਿਲਾਂ ਮਿਡਲ ਸਕੂਲ ਸੀ, ਫਿਰ 1948 ਵਿੱਚ ਇਹਨੂੰ ਹਾਈ ਸਕੂਲ ਦਾ ਦਰਜਾ ਦਿੱਤਾ ਗਿਆ। ਤਾਲਬ ਇਲਮਾਂ ਦੀ ਤਾਦਾਦ ਅਤੇ ਇਹਦੇ ਤਲੀਮੀ ਮਿਆਰ ਨੂੰ ਵੇਖਦਿਆਂ ਹੋਇਆਂ ਗੌਰਮੈਂਟ ਨੇ ਇਹਨੂੰ 1999 ਵਿੱਚ ਹਾਇਰ ਸੈਕੰਡਰੀ ਸਕੂਲ ਬਣਾ ਦਿੱਤਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੁਹੰਮਦ ਆਜ਼ਮ ਸ਼ੇਖ ਮੇਰਾ ਨਾਂ ਹੈ। ਸਦਰ ਮਰਕਜ਼ੀ ਅੰਜਮਨ ਤਾਇਰਾਂ ਸਿਟੀ ਫਾਰੂਕਾਬਾਦ। 2.25 ਲੱਖ ਦੇ ਕਰੀਬ ਆਬਾਦੀ ਹੈ, ਜੋ ਕਿ ਇਹ ਇਸ ਟਾਈਮ ਸਿਆਸੀ ਨਜ਼ਰ ਹੈ, ਇਹਦੇ 'ਤੇ ਲੋਕਾਂ ਦੀ ਕੋਈ ਤਵੱਜੋ ਨਹੀਂ। ਇੱਥੇ ਸੱਚਾ ਸੌਦਾ ਗੁਰਦੁਆਰਾ ਹੈ, ਜਿੱਥੇ ਪੂਰੀ ਦੁਨੀਆ ਤੋਂ ਇਸ ਟਾਈਮ ਸਿੱਖ ਆਉਂਦੇ ਨੇ ਔਰ ਇੱਥੇ ਆਪਣੀ ਇਬਾਦਤਗਾਹ 'ਤੇ ਇਬਾਦਤ ਕਰਦੇ ਨੇ। ਇੱਥੇ ਪੂਰੇ ਏਸ਼ੀਆ ਤੋਂ ਵੱਡਾ ਫਾਰੂਕਾਬਾਦ ਦੇ ਵਿੱਚ ਫਾਊਂਟਨ ਹਾਊਸ ਹੈ, ਜਿੱਥੇ ਬੜੀ ਬੜੀ ਦੂਰੋਂ ਲੋਕ ਜਿਹੜੇ ਜ਼ਿਹਨੀ ਤਵਾਜ਼ਨ ਠੀਕ ਨਹੀਂ ਹੁੰਦਾ ਉਹਨਾਂ ਨੂੰ ਇੱਥੋਂ ਇਲਾਜ ਮੁਆਵਜ਼ਾ ਕੀਤਾ ਜਾਂਦਾ ਉਹਨਾਂ ਦਾ। ਅਤੇ ਲਿਹਾਜ਼ਾ ਫਾਰੂਕਾਬਾਦ ਦੇ ਉੱਤੇ ਥੋੜ੍ਹੀ ਜਿੰਨੀ ਇੰਤਜ਼ਾਮੀਆਂ ਨੂੰ ਇਸ ਚੀਜ਼ ਦੇ ਉੱਤੇ ਨਜ਼ਰ ਰੱਖ। ਫਾਰੂਕਾਬਾਦ ਦੀ ਸ਼ੋਹਰਤ ਦੀ ਵੱਡੀ ਵਜ੍ਹਾ ਗੁਰਦੁਆਰਾ ਸੱਚਾ ਸੌਦਾ ਹੈ।
ਜਿੱਥੇ ਸਿੱਖ ਮਜ਼ਹਬ ਦੇ ਬਾਨੀ ਹਜ਼ਰਤ ਬਾਬਾ ਜੀ ਗੁਰੂ ਨਾਨਕ ਹੋਰਾਂ ਸੁੱਚਾ ਸੌਦਾ ਕੀਤਾ ਸੀ। ਅੱਜ ਇਸ ਥਾਂ 'ਤੇ ਉਹਨਾਂ ਦੇ ਸੁੱਚੇ ਸੌਦੇ ਦੀ ਵਜ੍ਹਾ ਤੋਂ ਇੱਕ ਸੋਹਣਾ ਅਤੇ ਆਪਣੀ ਤਰਜ਼ ਦਾ ਮੁਨਫਰਦ ਗੁਰਦੁਆਰਾ ਤਮੀਰ ਕੀਤਾ ਗਿਆ ਹੈ। ਆਖਿਆ ਜਾਂਦਾ ਹੈ ਜਦੋਂ ਬਾਬਾ ਜੀ ਗੁਰੂ ਨਾਨਕ ਜਵਾਨ ਹੋਏ ਅਤੇ ਉਹਨਾਂ ਦੇ ਬਾਪੂ ਹੋਰਾਂ ਉਹਨਾਂ ਨੂੰ ਕੰਮ ਕਰਨ ਲਈ ਕੁਝ ਪੈਸੇ ਦਿੱਤੇ ਅਤੇ ਆਖਿਆ ਨਾਨਕ ਕੋਈ ਮੁਨਾਫਾ ਬਖਸ਼ ਕੰਮ ਕਰ ਲੈ। ਬਾਬਾ ਜੀ ਗੁਰੂ ਨਾਨਕ ਹੋਰੀ ਤਲਵੰਡੀ ਮੌਜੂਦਾ ਨਨਕਾਣਾ ਸਾਹਿਬ ਤੋਂ ਕੰਮ ਕਰਨ ਲਈ ਨਿਕਲ ਪਏ। ਦੌਰਾਨੇ ਸਫ਼ਰ ਜਦੋਂ ਬਾਬਾ ਜੀ ਗੁਰੂ ਨਾਨਕ ਮੌਜੂਦਾ ਸੱਚੇ ਸੌਦੇ ਅਪੜੇ ਅਤੇ ਉੱਥੇ ਉਹਨਾਂ ਨੂੰ ਚੰਦ ਮਲੰਗ ਸਾਧੂ ਮਿਲੇ ਜਿਨ੍ਹਾਂ ਨੇ ਸਦਾ ਕੀਤੀ ਅਤੇ ਆਪ ਬਾਬਾ ਜੀ ਗੁਰੂ ਨਾਨਕ ਹੋਰਾਂ ਨੂੰ ਖਾਣਾ ਖਵਾਉਣ ਲਈ ਆਖਿਆ। ਆਪ ਬਾਬਾ ਜੀ ਸਰਕਾਰ ਨਾਨਕ ਸਾਹਿਬ ਕੋਲ 20 ਰੁਪਏ ਸਨ ਜਿਹੜੇ ਆਪ ਬਾਬਾ ਜੀ ਹੋਰਾਂ ਨੂੰ ਕੰਮ ਕਰਨ ਲਈ ਉਹਨਾਂ ਦੇ ਬਾਪੂ ਮਹਿਤਾ ਕਾਲੂ ਹੋਰਾਂ ਦਿੱਤੇ ਸਨ। ਬਾਬਾ ਜੀ ਗੁਰੂ ਨਾਨਕ ਹੋਰਾਂ ਉਹ ਪੈਸੇ ਉਹਨਾਂ ਮਲੰਗਾ ਸਾਧੂਆਂ ਨੂੰ ਖਾਣਾ ਖਾਣ ਵਾਸਤੇ ਦੇ ਦਿੱਤੇ ਅਤੇ ਆਪ ਵਾਪਸ ਨਨਕਾਣਾ ਸਾਹਿਬ ਚਲੇ ਗਏ। ਬਾਬਾ ਜੀ ਗੁਰੂ ਨਾਨਕ ਹੋਰਾਂ ਦੇ ਬਾਪੂ ਨੇ ਜਦੋਂ ਬਾਬਾ ਜੀ ਹੋਰਾਂ ਕੋਲੋਂ ਕੰਮ ਦੇ ਹਵਾਲੇ ਨਾਲ ਪੁੱਛਿਆ ਤਾਂ ਬਾਬਾ ਜੀ ਹੋਰਾਂ ਨੇ ਆਖਿਆ, ਬਾਪੂ ਮੈਂ ਸੁੱਚਾ ਸੌਦਾ ਕਰ ਆਇਆ। ਉਸ ਦਿਨ ਤੋਂ ਇਸ ਥਾਂ ਦਾ ਨਾਂ ਸੁੱਚਾ ਸੌਦਾ ਪੈ ਗਿਆ, ਜਿਹਨੂੰ ਲੋਕ ਹੁਣ ਸੱਚਾ ਸੌਦਾ ਆਖਦੇ ਨੇ। ਮੌਜੂਦਾ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਬਣਾਇਆ ਗਿਆ। ਇਸ ਗੁਰਦੁਆਰੇ ਦੀ ਅਸਲ ਖੂਬਸੂਰਤੀ ਇਹਦੇ ਵੱਡੇ ਵੱਡੇ ਮੀਨਾਰ ਨੇ ਜਿਹੜੇ ਖੂਬਸੂਰਤੀ ਵਿੱਚ ਆਪਣੀ ਮਿਸਾਲ ਆਪ ਨੇ। ਗੁਰਦੁਆਰੇ ਦਾ ਕੁੱਲ ਰਕਬਾ ਤਕਰੀਬਨ 4 ਏਕੜ ਹੈ। ਗੁਰਦੁਆਰੇ ਵਿੱਚ ਬਿਲਡਿੰਗ ਗੁਰਦੁਆਰਾ, ਲੰਗਰਖਾਨਾ ਅਤੇ ਇਸ਼ਨਾਨ ਵਾਲਾ ਤਲਾਬ ਬਣਾਇਆ ਗਿਆ ਹੈ। ਗੁਰਦੁਆਰੇ ਦੇ ਅੰਦਰ ਵਣ ਦਾ ਉਹ ਦਰਖਤ ਹਲੇ ਵੀ ਮੌਜੂਦ ਹੈ ਜਿਹਦੇ ਨੇੜੇ ਬਾਬਾ ਜੀ ਗੁਰੂ ਨਾਨਕ ਹੋਰਾਂ ਸੁੱਚਾ ਸੌਦਾ ਕੀਤਾ ਸੀ। ਸਿੱਖ ਮਜ਼ਹਬ ਦੇ ਮੁਤਾਬਕ ਇਹ ਸੱਚੇ ਸੌਦੇ ਵਾਲਾ ਵਾਕਿਆ ਅਸਲ ਸਿੱਖ ਮਜ਼ਹਬ ਵਿੱਚ ਲੰਗਰ ਤਕਸੀਮ ਕਰਨ ਦੀ ਇਬਤਦਾ ਸੀ, ਜਿਹਨੂੰ ਹੁਣ ਹਰ ਸਿੱਖ ਤਕਸੀਮ ਕਰਕੇ ਬਾਬਾ ਜੀ ਗੁਰੂ ਨਾਨਕ ਦੀ ਸੁਨਤ ਪੂਰੀ ਕਰਦਾ ਹੈ। ਸਤਸੰਗ ਜੀ, ਅਤੇ ਬਾਬਾ ਜੀ ਆਏ ਸੀ 16-17 ਸਾਲ ਦੀ ਉਮਰ 'ਚ, ਅਤੇ ਬਾਬੇ ਦੇ ਪਿਤਾ ਜੀ ਨੇ ਕਿਹਾ ਸੀ ਕਿ ਨਾਨਕ ਕੋਈ ਕੰਮ ਕਰੋ, ਕੋਈ ਬਿਜ਼ਨਸ ਕਰੋ, ਅਤੇ ਸਤਿਗੁਰਾਂ ਨੂੰ 20 ਰੁਪਏ ਦਿੱਤੇ ਸਨ ਕਾਰੋਬਾਰ ਕਰਨ ਵਾਸਤੇ। ਅਤੇ ਸਥਾਨ ਕਿਹੜਾ ਦੱਸਿਆ? ਝੂੜਕਾਨਾ ਮੰਡੀ। ਕਿਹਾ ਕਿ ਨਾਨਕ ਤੁਸੀਂ ਝੂੜਕਾਨਾ ਮੰਡੀ ਚਲੇ ਜਾਓ, ਉੱਥੇ ਜਾ ਕੇ ਜਾਂ ਤੁਹਾਨੂੰ ਖਰਾ ਸੌਦਾ ਲੱਭਦਾ ਹੈ ਜਾਂ ਚੰਗਾ ਵਪਾਰ ਜਿਹੜਾ ਮੁਨਾਫੇ ਵਾਲਾ ਤੁਸੀਂ ਕਰੋ। ਜਦ ਝੂੜਕਾਨਾ ਮੰਡੀ ਜਾਂਦੇ ਨੇ, ਉਸ ਵੇਲੇ ਨਾਲ ਆਏ ਸੀ ਭਾਈ ਮਰਦਾਨਾ ਜੀ, ਅਤੇ ਭਾਈ ਮਰਦਾਨਾ ਜੀ ਨੇ ਬਾਬਾ ਜੀ ਨੂੰ 2-4 ਸੌਦੇ ਦੱਸੇ। ਸਤਿਗੁਰੂ ਕਹਿਣ ਲੱਗੇ ਕਿ ਮਰਦਾਨੀਆਂ, ਇਹ ਸਾਰੇ ਸੌਦੇ ਝੂਠੇ ਹਨ। ਬਾਬਿਆਂ, ਵੜਕਿਆਂ ਅਤੇ ਸੂਫੀਆਂ ਥਾਂ ਥਾਂ 'ਤੇ ਆਪਣੇ ਇਲਮ ਅਤੇ ਕਿਰਦਾਰ ਦੀ ਰੋਸ਼ਨੀ ਫੈਲਾਈ।
ਤੇ ਇਹਨਾਂ ਦੀ ਬਹਿਣ ਵਾਲੀ ਥਾਂ ਤੋਂ ਉਹ ਚਾਨਣ ਬਹਿਰ ਆਇਆ ਜਿਹਨੇ ਪੰਜਾਬ ਦੇ ਵਸਨੀਕਾਂ ਨੂੰ ਆਪਣੇ ਨੂਰ ਨਾਲ ਰੰਗ ਦਿੱਤਾ। ਟਿੱਬੀ ਗਾੜੇ ਸ਼ਾਹ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਪੇੜ ਸਤਾ ਜ਼ਮੀਨ ਤੋਂ ਤਕਰੀਬਨ 60 ਫੁੱਟ ਉੱਚਾ ਹੈ, ਜਿੱਥੇ ਫਕਰ ਦੇ ਇੱਕ ਨਯਾਬ ਗੌਰ ਨੇ ਆਪਣੇ ਡੇਰੇ ਲਾਏ ਹੋਏ ਨੇ। ਇਹਨਾਂ ਦਾ ਨਾਂ ਗਾੜੇ ਸ਼ਾਹ ਹੈ, ਜਿਨ੍ਹਾਂ ਦਾ ਇਸ ਵੇਲੇ ਉਰਸ ਜਾਰੀ ਹੈ। ਫਕਰ ਦੇ ਆਲਾ ਦਰਜੇ ਤੇ ਫੈਜ਼ ਇਹ ਅੱਲਾ ਵਾਲਾ ਲੋਕਾਂ ਲਈ ਫੈਜ਼ ਆਮ ਹੈ। ਆਪ ਬਾਬਾ ਜੀ ਸਰਕਾਰ ਹਜ਼ਰਤ ਪੀਰ ਗਾੜੇ ਸ਼ਾਹ ਹੋਰਾਂ ਦਾ ਸ਼ਜਰਾ ਨਸਬ ਹਜ਼ਰਤ ਬਖਤਿਆਰ ਕਾਕੀ ਰਹਿਮਤੁੱਲਾ ਅਲੈਹ ਤੋਂ ਹੁੰਦਾ ਹੋਇਆ 8ਵੇਂ ਇਮਾਮ ਜਨਾਬ ਇਮਾਮ ਅਲੀ ਰਜ਼ਾ ਅਲੈਹਿ ਸਲਾਮ ਨਾਲ ਜਾ ਮਿਲਦਾ ਹੈ। ਆਪ ਦਾ ਸਿਲਸਿਲਾ ਤਰੀਕਤ ਉਵੈਸੀ ਕਾਦਰੀ ਹੈ। ਮੌਜੂਦਾ ਇਮਾਰਤ ਦੀ ਨੀਂਹ ਫਕਰ ਦੇ ਅਨਮੋਲ ਮੋਤੀ ਹਜ਼ਰਤ ਪੀਰ ਸਾਲਿਓਂ ਅਲਮਰੂਫ ਤਾਜ ਅਲੀ ਸਰਕਾਰ ਹੋਰਾਂ ਰੱਖੀ ਅਤੇ ਇਹਨੂੰ ਪਾਇਆ ਤਕਮੀਲ ਤੱਕ ਪਹੁੰਚਾਉਣ ਦੀ ਜ਼ਿੰਮੇਦਾਰੀ ਆਪ ਸਰਕਾਰ ਦੇ ਮੌਜੂਦਾ ਗੱਦੀ ਨਸ਼ੀਨ ਪੀਰ ਸੈਯਦ ਅਮਜਦ ਰਿਜ਼ਵੀ ਹੋਰਾਂ ਲਈ ਹੋਈ ਹੈ। ਦਰਬਾਰ ਸ਼ਰੀਫ ਦੀ ਤਮੀਰ ਦਾ ਸਿਲਸਿਲਾ ਜਾਰੀ ਹੈ। ਆਪ ਬਾਬਾ ਜੀ ਸਰਕਾਰ ਗਾੜੇ ਸ਼ਾਹ ਹੋਰਾਂ ਦਾ ਇੱਕ ਮਸ਼ਹੂਰ ਵਾਕਿਆ ਇੰਝ ਦੱਸਿਆ ਜਾਂਦਾ ਹੈ। ਦਰਬਾਰ ਸ਼ਰੀਫ ਦੇ ਆਲੇ ਦੁਆਲੇ ਵਾਲੀ ਜ਼ਮੀਨ ਆਪ ਦੀ ਮਲਕੀਅਤ ਸੀ। ਇੱਕ ਦਿਨ ਖਾਬ ਵਿੱਚ ਆਪ ਨੂੰ ਇੱਕ ਨਕਾਬ ਪੋਸ਼ ਮਿਲੇ ਅਤੇ ਉਹਨਾਂ ਆਖਿਆ, ਗਾੜੇ ਸ਼ਾਹ ਫਕੀਰ ਵੀ ਅਤੇ ਜਗੀਰ ਵੀ ਇੱਕ ਰੱਖ ਲੈ। ਸੁਬਾ ਉੱਠੇ ਅਤੇ ਸਾਰੀ ਜ਼ਮੀਨ ਅੱਲਾ ਦੀ ਰਾਹ 'ਤੇ ਤਕਸੀਮ ਕਰ ਦਿੱਤੀ। ਅਗਲੀ ਰਾਤ ਫਿਰ ਜਦੋਂ ਉਹ ਨਕਾਬ ਪੋਸ਼ ਆਇਆ ਅਤੇ ਆਪ ਬਾਬਾ ਜੀ ਸਰਕਾਰ ਹੋਰਾਂ ਆਖਿਆ, ਫਕੀਰ ਦੀ ਅਸਲ ਜਾਗੀਰ ਫਕਰ ਹੁੰਦੀ ਹੈ ਅਤੇ ਉਹ ਤੁਸਾਂ ਮੈਨੂੰ ਅਤਾ ਕਰ ਦਿੱਤੀ ਹੈ। ਆਪ ਦਾ ਉਰਸ ਮੁਬਾਰਕ ਹਰ ਸਾਲ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਜਿੱਥੇ ਹਾਜਤਮੰਦ ਖਾਲੀ ਝੋਲੀਆਂ ਲੈ ਕੇ ਆਉਂਦੇ ਅਤੇ ਝੋਲੀਆਂ ਭਰ ਕੇ ਜਾਂਦੇ ਨੇ। ਉਰਸ ਦੇ ਮੌਕੇ 'ਤੇ ਚਾਦਰਾਂ ਚੜਾਉਂਦੇ ਅਤੇ ਢੋਲ ਦੀ ਥਾਪ 'ਤੇ ਭੰਗੜੇ ਵੀ ਪਾਉਂਦੇ ਨੇ। Thank you.
ਇਹ ਫਾਰੂਕਾਬਾਦ ਦਾ ਲਾਰੀ ਅੱਡਾ ਹੈ ਜਿਹਦਾ ਨਾਂ ਬੁਖਾਰੀ ਟਰੈਵਲਸ ਹੈ। ਇਹ ਅੱਡਾ ਰਜਿਸਟਰ ਹੈ। ਇੱਥੋਂ ਮੁਸਾਫਰ ਦੂਜਿਆਂ ਸ਼ਹਿਰਾਂ ਲਈ ਸਫ਼ਰ ਕਰਦੇ ਨੇ। ਇਹ ਅੱਡਾ 2003 ਵਿੱਚ ਕਾਇਮ ਹੋਇਆ ਅਤੇ ਇਹਦਾ ਕੁੱਲ ਰਕਬਾ 10 ਏਕੜ ਹੈ। ਇਹ ਨਿੱਕਾ ਜਿਹਾ ਘਰ ਹਾਜੀ ਰਿਆਜ਼ ਸ਼ਾਹ ਦੌਰਾਂ ਦਾ ਹੈ ਜਿਹਦੀ ਛੱਤ ਉਹਨਾਂ ਨੇ ਖੂਬਸੂਰਤ ਫੁੱਲਾਂ ਅਤੇ ਪੌਦਿਆਂ ਨਾਲ ਸਜਾਈ ਹੋਈ ਹੈ। ਇਸ ਛੱਤ 'ਤੇ ਉਹਨਾਂ ਹਰ ਕਿਸਮ ਦੇ ਫੁੱਲ ਪੌਦੇ ਰੱਖੇ ਹੋਏ ਨੇ। ਫੁੱਲਾਂ ਅਤੇ ਪੌਦਿਆਂ ਨਾਲ ਭਰੀ ਹੋਈ ਇਸ ਛੱਤ 'ਤੇ ਉਹਨਾਂ ਨੇ ਛੋਟੀ ਜਿਹੀ ਆਬਸ਼ਾਰ ਵੀ ਬਣਾਈ ਹੋਈ ਹੈ ਜਿਹਦਾ ਨਜ਼ਾਰਾ ਬਹੁਤ ਹੀ ਚੰਗਾ ਲੱਗਦਾ ਹੈ। ਇਸ ਇਮਾਰਤ ਦੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਖੁਸ਼ਬੂਏ ਮਦੀਨਾ ਮਿਊਜ਼ੀਅਮ ਬਣਾਇਆ ਗਿਆ ਹੈ ਜਿਹਦੇ ਵਿੱਚ ਖਾਨਾ ਕਾਬਾ, ਮਸਜਿਦ ਨਬਵੀ ਅਤੇ ਰੋਜ਼ਾ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਨਮੂਨੇ ਰੱਖੇ ਗਏ ਨੇ। ਇਹ ਨਮੂਨੇ ਥਰਮਾਪੋਲ ਸ਼ੀਟ ਨਾਲ ਤਿਆਰ ਕੀਤੇ ਜਾਂਦੇ ਨੇ। ਇਹਨਾਂ ਨਮੂਨਿਆਂ ਨੂੰ ਬੜੀ ਬਰੀਕਬੀਨੀ ਅਤੇ ਮਹਾਰਤ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਰੰਗਾਂ ਦੇ ਤਾਲਮੇਲ ਦਾ ਵੀ ਖੂਬ ਖਿਆਲ ਰੱਖਿਆ ਜਾਂਦਾ ਹੈ। ਇਹ ਇਸਲਾਮੀ ਖੁਸ਼ਬੂਏ ਮਦੀਨਾ ਮਿਊਜ਼ੀਅਮ ਫਾਰੂਕਾਬਾਦ ਵਿੱਚ ਬਣਾਇਆ ਗਿਆ ਆਪਣੀ ਤਰਸ ਦਾ ਮੁਨਫਰਦ ਮਿਊਜ਼ੀਅਮ ਹੈ। ਜਿਹੜਾ ਕੰਮ ਤੁਸੀਂ ਦੇਖ ਰਹੇ ਹੋ ਜੋ ਟੀ ਵੀ ਸਕਰੀਨ ਦੇ ਉੱਤੇ ਦਿਖਾਇਆ ਗਿਆ ਹੈ ਇਹ ਤਕਰੀਬਨ ਤੁਸੀਂ ਇਹ ਕਹਿ ਲਓ ਕਿ ਬਚਪਨ ਤੋਂ ਹੀ ਮੈਨੂੰ ਸ਼ੌਕ ਸੀ। ਸਕੂਲ ਟਾਈਮ ਤੋਂ ਹੀ ਡਰਾਇੰਗ ਅੱਛੀ ਸੀ ਅਤੇ ਉਹ ਅੰਦਰ ਦਾ ਫਨਕਾਰ ਜਿਹੜਾ ਹੈ ਉਹ ਬਚਪਨ ਤੋਂ ਹੀ ਮੇਰੇ ਨਾਲ ਨਾਲ ਚੱਲਦਾ ਰਿਹਾ ਅਤੇ ਸ਼ੁਰੂ ਦੇ ਵਿੱਚ ਆਗਾਜ਼ ਜਿਹੜਾ ਹੈ ਉਹ ਕੁਛ ਇਸ ਤਰ੍ਹਾਂ ਸੀ ਕਿ ਮਿੱਟੀ ਦੇ ਨਾਲ ਮੈਂ ਮਾਡਲ ਬਣਾਉਂਦਾ ਰਿਹਾ ਫਿਰ ਸਰਕੰਡੇ ਨਾਲ ਜਿਹਨੂੰ ਕਾਨੇ ਕਹਿੰਦੇ ਨੇ ਉਹਨਾਂ ਨਾਲ ਬਣਾਇਆ ਮਾਚਿਸ ਦੀਆਂ ਤੀਲੀਆਂ ਨਾਲ ਬਣਾਇਆ ਗੱਤੇ ਨਾਲ ਬਣਾਇਆ ਲੱਕੜੀ ਨਾਲ ਕੰਮ ਕੀਤਾ ਪੱਥਰ ਨਾਲ ਕੰਮ ਕੀਤਾ ਅਤੇ ਇੱਕ ਇਹ ਮਟੀਰੀਅਲ ਜਿਹੜਾ ਮੈਨੂੰ ਮਿਲਿਆ ਜੀ ਥਰਮਾਪੋਲ ਸ਼ੀਟ ਜਿਹਨੂੰ ਕਹਿੰਦੇ ਨੇ ਉਹਨੂੰ ਪੈਕਿੰਗ ਮਟੀਰੀਅਲ 'ਚ ਜ਼ਿਆਦਾ ਇਸਤੇਮਾਲ ਹੁੰਦੀ ਸੀ ਅਤੇ ਇਹ ਅੱਲਾਹ ਤਾਲਾ ਦਾ ਬੜਾ ਹੀ ਆਸਾਨ ਹੈ ਕਿ ਇਸ ਸਨਅਤ ਇਸ ਪਾਸੇ ਮੈਂ ਇਸਤੇਮਾਲ ਕਰਨ ਵਾਲਾ ਪਹਿਲਾ ਆਦਮੀ